ਹਾਂਜੀ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧਿਕਾਰੀਆਂ ਵੱਲੋਂ ਬਿੱਗ ਅਪਡੇਟ ਆ ਰਹੀ ਹੈ ਫੋਰ ਆਨਲਾਈਨ ਐਗਜ਼ਾਮ ਨੂੰ ਲੈ ਕੇ। ਡੋਂਟ ਮਿਸ, ਪੂਰੀ ਵੀਡੀਓ ਦੇਖਿਓ, ਪੂਰੀ ਜਾਣਕਾਰੀ ਲਿਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ। ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਹਾਂਜੀ ਦੋਸਤੋ, ਦੇਖੋ ਤੁਹਾਡੇ ਸਾਹਮਣੇ ਇੱਕ ਅਖਬਾਰ ਦੀ ਕਟਿੰਗ ਮੈਂ ਦਿਖਾ ਰਿਹਾ। ਆਨਲਾਈਨ ਪੇਪਰ ਮੇ ਸਟੂਡੈਂਟ ਕੋ ਦੋ ਕੀ ਬਜਾਏ ਮਿਲੇਂਗੇ 3 ਘੰਟੇ। ਦੇਖੋ ਮੀਟਿੰਗ ਹਜੇ ਹੋਣੀ ਬਾਕੀ ਹੈ। ਸਟੂਡੈਂਟ ਜਿਹੜੇ ਹੈਗੇ ਨੇ, ਜਿਹੜੇ ਵਾਈਸ ਚਾਂਸਲਰ ਨੇ, ਉਹਨਾਂ ਦੀ ਅਪਰੂਵਲ ਮਿਲਣੀ ਲਾਸਟ ਆ ਵੀ ਮੂਡ ਕਿਹੜਾ ਹੋਊਗਾ ਇਗਜ਼ਾਮ ਦਾ, ਆਨਲਾਈਨ ਹੋਣਗੇ ਜਾਂ ਫਿਰ ਆਫਲਾਈਨ, ਇਹ ਹਜੇ ਡਿਸਾਈਡ ਨਹੀਂ ਹੋਇਆ, ਠੀਕ ਹੈ। ਲੇਕਿਨ ਜਿਹੜੇ ਯੂਨੀਵਰਸਿਟੀ ਦੇ ਅਧਿਕਾਰੀ ਨੇ, ਉਹ ਆਨਲਾਈਨ ਪੇਪਰਾਂ ਨੂੰ ਲੈ ਕੇ ਆਪਣੀ ਤਿਆਰੀ ਜਾਰੀ ਰੱਖੇ ਨੇ, ਸਾਰੀ ਤਿਆਰੀ ਕਰ ਚੁੱਕੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧਿਕਾਰੀ। ਮੈਂ ਤੁਹਾਨੂੰ ਇੱਕ ਵਾਰ ਫਿਰ ਦੱਸਦਾ, ਹਜੇ ਸਟੂਡੈਂਟ ਜਿਹੜੇ ਵਾਈਸ ਚਾਂਸਲਰ ਦੀ ਮੀਟਿੰਗ ਹੋਣੀ ਬਾਕੀ ਹੈ, ਉਹਦੇ ਵਿੱਚ ਮੂਡ ਡਿਸਾਈਡ ਹੋਣਾ ਪੇਪਰਾਂ ਦਾ ਕਿ ਆਨਲਾਈਨ ਪੇਪਰ ਹੋਣਗੇ ਜਾਂ ਫਿਰ ਆਫਲਾਈਨ ਪੇਪਰ ਹੋਣਗੇ। ਲੇਕਿਨ ਅਧਿਕਾਰੀਆਂ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਕਿ ਆਨਲਾਈਨ ਪੇਪਰਾਂ ਵਾਸਤੇ ਸਾਰੀ ਤਿਆਰੀ ਸਾਡੇ ਵੱਲੋਂ ਹੋ ਚੁੱਕੀ ਹੈ। ਤੁਹਾਨੂੰ ਹੁਣ ਦਿਖਾਉਂਦੇ ਹਾਂ ਪੂਰੀ ਖਬਰ ਦੇ ਵਿੱਚ ਕੀ ਲਿਖਿਆ। PUK ਸਟੂਡੈਂਟ ਕੋ ਫਰਵਰੀ ਮੇ ਹੋਣੇ ਜਾ ਰਹੇ ਆਨਲਾਈਨ ਪੇਪਰ ਕੇ ਦੌਰਾਨ ਇਗਜ਼ਾਮੀਨੇਸ਼ਨ 2 ਘੰਟੇ ਕੀ ਬਜਾਏ 3 ਘੰਟੇ ਕਾ ਹੋਣੇ ਕੀ ਸੰਭਾਵਨਾ ਹੈ, ਇਸ ਬਾਰੇ ਮੇ PU ਕਾ ਪਲਾਨ। डाउटनट बच्चों, अगर आप किसी भी सवाल में अटक गए हो, उसकी फ़ोटो लेनी है, उसे क्रॉप करना है और 3 सेकंड के अंदर अंदर आपको वीडियो सॉल्यूशन मिल जाएगा। चाहे वो क्वेश्चन आपके होमवर्क का हो, CBSE बोर्ड, UP, बिहार, मध्य प्रदेश, राजस्थान, MP या फिर और किसी बोर्ड का हो, छठी क्लास से लेकर 12वीं क्लास का हर एक सवाल, IIT, JEE, मेन्स, एडवांस, नीट, सभी के सवालों के जवाब इस ऐप पर है। चाहे सब्जेक्ट फिजिक्स, केमिस्ट्री, मैथ, बायोलॉजी, सभी सवालों के जवाब इस ऐप पर। साथ ही 9th लेकर 12th क्लास की लाइव क्लासेस चल रही हैं, वो भी इंग्लिश और हिंदी मीडियम में। आप इसमें जाकर पढ़ाई कर सकते हैं और साथ ही इस पर 3 करोड़ से ज़्यादा स्टूडेंट ट्रस्ट करते हैं। इसे अभी डाउनलोड कीजिए जाकर डाउनलोड ऐप तैयार कर लिया गया है। लेकिन VC का अप्रूवल के बाद इसी सप्ताह एग्ज़ाम की घोषणा होने की संभावना है। अजय, वाइस चांसलर की जो अप्रूवलेशन है वो लेने वाली है। अप्रूवल अभी लेना है, वाइस चांसलर का अप्रूवल लेना बाकी है। यहाँ लिखा हुआ है बाद में स्टूडेंट मुझे नहीं कहेंगे कि आप कह रहे थे ऑनलाइन एग्ज़ाम हो गया, अभी तो ऑफलाइन हो गई है, ਤੁਸੀਂ ਮੈਨੂੰ ਫਿਰ ਇਹੋ ਜਿਹਾ ਜਿਹੜਾ ਇਲਜ਼ਾਮ ਨਹੀਂ ਲਾ ਸਕਦੇ। ਦੇਖੋ ਇੱਥੇ ਸਾਫ਼ ਸਾਫ਼ ਲਿਖਿਆ ਹੋਇਆ ਕਿ ਅਪਰੂਵਲ ਤੋਂ ਬਾਅਦ ਹੀ ਹੈ ਜਿਹੜਾ ਇਹ ਘੋਸ਼ਣਾ ਕੀਤੀ ਹੋਈ ਹੈ। ਅਫੀਸ਼ੀਅਲ ਨੋਟਿਸ ਨਹੀਂ ਜਾਰੀ ਕੀਤਾ ਗਿਆ, ਪਰ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਤਿਆਰੀਆਂ ਦੋਨੇ ਤਰ੍ਹਾਂ ਦੇ ਕੀਤੀਆਂ ਨੇ। ਆਫਲਾਈਨ ਦੀਆਂ ਤਿਆਰੀਆਂ ਵੀ ਕੀਤੀਆਂ ਨੇ ਅਤੇ ਆਨਲਾਈਨ ਦੀਆਂ ਤਿਆਰੀਆਂ ਵੀ ਕੀਤੀਆਂ ਨੇ। ਆਨਲਾਈਨ ਪੇਪਰਾਂ ਵਾਸਤੇ ਤੁਹਾਡੇ ਲਈ ਇੱਕ ਜਿਹੜੀ ਵੈਬਸਾਈਟ ਹੈ ਉਹ ਵੱਖਰੀ ਤਿਆਰ ਕੀਤੀ ਗਈ ਹੈ। ਤੁਸੀਂ ਉਹਦੇ 'ਤੇ ਆਪਣੇ ਜਿਹੜੇ ਪੇਪਰ ਡਾਊਨਲੋਡ ਕਰੋਗੇ ਅਤੇ ਆਪਣੀ ਆਨਸਰ ਸ਼ੀਟਾਂ ਨੂੰ ਅਪਲੋਡ ਕਰੋਗੇ। ਬਾਕੀ ਨਿਊਜ਼ ਤੁਹਾਨੂੰ ਮੈਂ ਦਿਖਾਉਂਦਾ। ਪੇਪਰ ਕੋ ਕਲੈਕਟ ਕਰਨੇ ਸੇ ਪਹਿਲੇ PU ਕੋ ਸਭਸੇ ਪਹਿਲੇ ਤਿਆਰੀਆਂ ਕਰਨੀ ਹੋਗੀ। ਪਿਛਲੀ ਵਾਰ ਔਨ ਫਾਈਨਲ ਈਅਰ ਕੇ ਜੋ ਸਮੈਸਟਰ ਇਗਜ਼ਾਮ ਸਟੂਡੈਂਟ ਕੇ ਪੇਪਰ ਹੈ, ਜੋ ਉਹ ਸਿਲੇਬਸ ਘਟਾ ਦਿਆ ਗਿਆ ਥਾ, ਲੇਕਿਨ ਇਸ ਵਾਰ ਕਿਉਂਕਿ ਪੂਰਾ ਸਮੇਂ ਕਲਾਸਾਂ ਲੱਗੀ ਹੈ, ਤੋ ਇਸ ਸਪਤਾਹ ਜੋ ਇਸ ਵਾਰ ਜੋ ਪੂਰਾ ਸਿਲੇਬਸ ਹੀ ਰਹੇਗਾ, ਕੁਛ ਵੀ ਜੋ ਆਪਕਾ ਕੰਮ ਨਹੀਂ ਕੀਆ ਜਾਏਗਾ। ਮੈਂ ਤੁਹਾਨੂੰ ਇੱਕ ਵਾਰ ਫਿਰ ਦੱਸਦਾ, ਜਿਹੜੇ ਹਜੇ ਵਾਈਸ ਚਾਂਸਲਰ ਦੀ ਅਪਰੂਵਲ ਲੈਣਾ ਬਾਕੀ ਹੈ, ਠੀਕ ਹੈ, ਬਾਕੀ ਸਾਰੀ ਤਿਆਰ ਹੋ ਚੁੱਕੀ ਹੈ। ਅਤੇ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ PU ਨੂੰ ਆ 599.74 ਕਰੋੜ ਦਾ ਬਜਟ ਜਿਹੜਾ ਦਿੱਤਾ ਗਿਆ ਹੈ, ਉਹਨਾਂ ਕੋਲ 23 ਕਰੋੜ ਦਾ ਬਜਟ ਆ ਜਿਹੜਾ ਪੁਰਾਣਾ ਵਾ, ਠੀਕ ਹੈ। ਹੁਣ PU ਜਿਹੜਾ ਕੋਈ ਵੀ ਬਹਾਨਾ ਨਹੀਂ ਕਰ ਸਕਦੀ ਕਿ ਸਾਡੇ ਕੋਲ ਪੈਸੇ ਦੀ ਕਮੀਆਂ ਪੇਪਰਾਂ ਲੈਣ ਵਾਸਤੇ ਜਾਂ ਕੁਛ ਵੀ ਇਹੋ ਜਿਹਾ ਜਿਹੜਾ ਬਹਾਨਾ ਨਹੀਂ ਕਰ ਸਕਦੀ, ਠੀਕ ਹੈ। ਹੁਣ ਤੁਹਾਡਾ ਜਿਹੜਾ ਸਮਾਂ ਜਿਹੜਾ ਉਹ 3 ਘੰਟੇ ਹੋਵੇਗਾ ਪੇਪਰ ਦਾ, ਆਨਲਾਈਨ ਇਗਜ਼ਾਮ ਦਾ, ਅਤੇ ਤੁਹਾਡੇ ਵਾਸਤੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ। ਲਾਸਟ ਅਪਰੂਵਲ ਆਉਣੀ ਬਾਕੀ ਹੈ, ਜਿਹੜੀ ਅਪਰੂਵਲ ਜਿਹੜੀ ਤੁਹਾਨੂੰ 1 ਹਫ਼ਤੇ ਦੇ ਅੰਦਰ ਅੰਦਰ ਜ਼ਰੂਰ ਮਿਲ ਜੂਗੀ, ਠੀਕ ਹੈ। ਅਧਿਕਾਰੀਆਂ ਵੱਲੋਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਬਾਕੀ ਜੇਕਰ ਕੋਈ ਵੀ ਅਫੀਸ਼ੀਅਲ ਨੋਟਿਸ ਜਾਰੀ ਹੁੰਦਾ ਆਨਲਾਈਨ ਇਗਜ਼ਾਮ ਨੂੰ ਲੈ ਕੇ ਜਾਂ ਫਿਰ ਆਫਲਾਈਨ ਇਗਜ਼ਾਮ ਲੈ ਕੇ, ਤੁਹਾਨੂੰ ਮੈਂ ਇੱਕ ਵਾਰ ਫਿਰ ਕਹਿੰਦਾ, ਤੁਸੀਂ ਆਪਣੀ ਤਿਆਰੀ ਪੂਰੀ ਰੱਖੋ। ਪੇਪਰ ਚਾਹੇ ਆਨਲਾਈਨ ਹੋਣ ਚਾਹੇ ਆਫਲਾਈਨ ਹੋਣ, ਆਪਣੇ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਆਪਣੀ ਤਿਆਰੀ ਪੂਰੀ ਰੱਖੋ। ਜਦੋਂ ਵੀ ਅਫੀਸ਼ੀਅਲ ਨੋਟਿਸ ਆਉਂਦਾ ਤੁਹਾਨੂੰ ਦੱਸਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਧੰਨਵਾਦ।